पंजाब दी धी बनी मिस ग्रैंड इंटरनेशनल। वी साल दी उम्र च जित लिया खिताब। मापियां दा ते देश दा वधाया मान। ਇਹ ਪੰਜਾਬ ਦੀ ਉਹ ਹੋਣਹਾਰ ਧੀ ਹੈ ਜਿਸਨੇ ਮਾਪਿਆਂ ਦੇ ਨਾਲ ਨਾਲ ਪੂਰੇ ਭਾਰਤ ਦਾ ਮਾਣ ਵਧਾਇਆ ਹੈ। ਜਿਸਨੇ ਥਾਈਲੈਂਡ ਦੇ ਵਿੱਚ ਹੋਏ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਆਪਣੇ ਨਾਮ ਕਰ ਲਿਆ। ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹੋਣਹਾਰ ਧੀ ਰੇਚਲ ਗੁਪਤਾ ਭਾਰਤ ਦੀ ਪਹਿਲੀ ਮਿਸ ਗ੍ਰੈਂਡ ਇੰਟਰਨੈਸ਼ਨਲ ਬਣ ਗਈ ਹੈ। ਥਾਈਲੈਂਡ ਦੇ MGI ਹਾਲ 'ਚ ਹੋਏ ਵਰਲਡ ਫਾਈਨਲ ਦੇ ਵਿੱਚ ਰੇਚਲ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਪਹਿਨਾਇਆ ਗਿਆ, ਜਿਸ ਦੌਰਾਨ ਰੇਚਲ ਕਾਫੀ ਭਾਵੁਕ ਵੀ ਹੋ ਗਈ। ਰੇਚਲ ਗੁਪਤਾ ਨੇ ਮਹਿਜ਼ 20 ਸਾਲ ਦੀ ਉਮਰ 'ਚ ਇਹ ਖਿਤਾਬ ਹਾਸਲ ਕੀਤਾ ਹੈ। ਸੁੰਦਰਤਾ ਤੇ ਕਾਬਿਲਤ ਦੀ ਗੱਲ ਕਰੀਏ ਤਾਂ ਰੇਚਲ ਗੁਪਤਾ ਦਾ ਕੱਦ 5 ਫੁੱਟ 10 ਇੰਚ ਹੈ। ਇੰਗਲਿਸ਼, ਪੰਜਾਬੀ ਤੇ ਹਿੰਦੀ ਭਾਸ਼ਾ ਬੋਲਣ ਦੇ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਰੇਚਲ ਐਕਟਿੰਗ ਅਤੇ ਮਾਡਲਿੰਗ ਦੇ ਵਿੱਚ ਆਪਣਾ ਕਰੀਅਰ ਬਣਾ ਰਹੀ ਹੈ। ਇਸ ਤੋਂ ਪਹਿਲਾਂ ਵੀ ਰੇਚਲ ਨੇ ਖੂਬਸੂਰਤੀ ਤੇ ਮਾਡਲਿੰਗ ਦੇ ਵਿੱਚ ਕਈ ਖਿਤਾਬ ਜਿੱਤੇ ਨੇ, ਜਿਨ੍ਹਾਂ ਦੇ ਵਿੱਚ ਮਿਸ ਟਾਪ ਮਾਡਲ, ਮਿਸ ਬਿਊਟੀ ਵਿਦ ਅ ਪਰਪਸ, ਬੈਸਟ ਇਨ ਰੈਂਪ ਵਾਕ ਅਤੇ ਬੈਸਟ ਇਨ ਨੈਸ਼ਨਲ ਕੌਸਟਿਊਮ ਵਰਗੇ ਖਿਤਾਬ ਆਪਣੇ ਨਾਮ ਕੀਤੇ ਨੇ। ਖਿਤਾਬ ਲੈਂਦਿਆਂ ਭਾਵੁਕ ਹੋਈ ਰੇਚਲ ਨੇ ਕਿਹਾ ਹੈ ਕਿ ਮੈਂ ਭਾਰਤ ਵਰਗੇ ਦੇਸ਼ ਤੋਂ ਆਈ ਹਾਂ ਜਿੱਥੇ ਹਰ ਕਿਸੇ ਕੋਲ ਭੋਜਨ, ਪਾਣੀ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਨਹੀਂ ਹਨ ਅਤੇ ਇਹ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਲਈ ਸੱਚ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ ਤੇ ਇੱਕ ਦੂਜੇ ਦਾ ਆਦਰ ਕਰਨਾ ਸ਼ੁਰੂ ਕਰੀਏ ਅਤੇ ਪੱਕਾ ਕਰੀਏ ਕਿ ਇਸ ਧਰਤੀ ਤੇ ਹਰੇਕ ਲਈ ਲੋੜੀਂਦੇ ਸਰੋਤ ਉਪਲਬਧ ਹੋਣ। ਅੰਤ ਵਿੱਚ ਰੇਚਲ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਹੈ। ਪੰਜਾਬ ਦੀ ਧੀ ਬਣੀ ਮਿਸ ਗ੍ਰੈਂਡ ਇੰਟਰਨੈਸ਼ਨਲ। ਵੀ ਸਾਲ ਦੀ ਉਮਰ ਚ ਜਿੱਤ ਲਿਆ ਖਿਤਾਬ। ਮਾਪਿਆਂ ਦਾ ਤੇ ਦੇਸ਼ ਦਾ ਵਧਾਇਆ ਮਾਣ। ਇਹ ਪੰਜਾਬ ਦੀ ਉਹ ਹੋਣਹਾਰ ਧੀ ਹੈ ਜਿਸਨੇ ਮਾਪਿਆਂ ਦੇ ਨਾਲ ਨਾਲ ਪੂਰੇ ਭਾਰਤ ਦਾ ਮਾਣ ਵਧਾਇਆ ਹੈ। ਜਿਸਨੇ ਥਾਈਲੈਂਡ ਦੇ ਵਿੱਚ ਹੋਏ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਆਪਣੇ ਨਾਮ ਕਰ ਲਿਆ। ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹੋਣਹਾਰ ਧੀ ਰੇਚਲ ਗੁਪਤਾ ਭਾਰਤ ਦੀ ਪਹਿਲੀ ਮਿਸ ਗ੍ਰੈਂਡ ਇੰਟਰਨੈਸ਼ਨਲ ਬਣ ਗਈ ਹੈ। ਥਾਈਲੈਂਡ ਦੇ MGI ਹਾਲ 'ਚ ਹੋਏ ਵਰਲਡ ਫਾਈਨਲ ਦੇ ਵਿੱਚ ਰੇਚਲ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਪਹਿਨਾਇਆ ਗਿਆ, ਜਿਸ ਦੌਰਾਨ ਰੇਚਲ ਕਾਫੀ ਭਾਵੁਕ ਵੀ ਹੋ ਗਈ। ਰੇਚਲ ਗੁਪਤਾ ਨੇ ਮਹਿਜ਼ 20 ਸਾਲ ਦੀ ਉਮਰ 'ਚ ਇਹ ਖਿਤਾਬ ਹਾਸਲ ਕੀਤਾ ਹੈ। ਸੁੰਦਰਤਾ ਤੇ ਕਾਬਿਲਤ ਦੀ ਗੱਲ ਕਰੀਏ ਤਾਂ ਰੇਚਲ ਗੁਪਤਾ ਦਾ ਕੱਦ 5 ਫੁੱਟ 10 ਇੰਚ ਹੈ। ਇੰਗਲਿਸ਼, ਪੰਜਾਬੀ ਤੇ ਹਿੰਦੀ ਭਾਸ਼ਾ ਬੋਲਣ ਦੇ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਰੇਚਲ ਐਕਟਿੰਗ ਅਤੇ ਮਾਡਲਿੰਗ ਦੇ ਵਿੱਚ ਆਪਣਾ ਕਰੀਅਰ ਬਣਾ ਰਹੀ ਹੈ। ਇਸ ਤੋਂ ਪਹਿਲਾਂ ਵੀ ਰੇਚਲ ਨੇ ਖੂਬਸੂਰਤੀ ਤੇ ਮਾਡਲਿੰਗ ਦੇ ਵਿੱਚ ਕਈ ਖਿਤਾਬ ਜਿੱਤੇ ਨੇ, ਜਿਨ੍ਹਾਂ ਦੇ ਵਿੱਚ ਮਿਸ ਟਾਪ ਮਾਡਲ, ਮਿਸ ਬਿਊਟੀ ਵਿਦ ਅ ਪਰਪਸ, ਬੈਸਟ ਇਨ ਰੈਂਪ ਵਾਕ ਅਤੇ ਬੈਸਟ ਇਨ ਨੈਸ਼ਨਲ ਕੌਸਟਿਊਮ ਵਰਗੇ ਖਿਤਾਬ ਆਪਣੇ ਨਾਮ ਕੀਤੇ ਨੇ। ਖਿਤਾਬ ਲੈਂਦਿਆਂ ਭਾਵੁਕ ਹੋਈ ਰੇਚਲ ਨੇ ਕਿਹਾ ਹੈ ਕਿ ਮੈਂ ਭਾਰਤ ਵਰਗੇ ਦੇਸ਼ ਤੋਂ ਆਈ ਹਾਂ ਜਿੱਥੇ ਹਰ ਕਿਸੇ ਕੋਲ ਭੋਜਨ, ਪਾਣੀ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਨਹੀਂ ਹਨ ਅਤੇ ਇਹ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਲਈ ਸੱਚ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ ਤੇ ਇੱਕ ਦੂਜੇ ਦਾ ਆਦਰ ਕਰਨਾ ਸ਼ੁਰੂ ਕਰੀਏ ਅਤੇ ਪੱਕਾ ਕਰੀਏ ਕਿ ਇਸ ਧਰਤੀ ਤੇ ਹਰੇਕ ਲਈ ਲੋੜੀਂਦੇ ਸਰੋਤ ਉਪਲਬਧ ਹੋਣ। ਅੰਤ ਵਿੱਚ ਰੇਚਲ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਹੈ।